ਇਹੋ ਤੇ ਦੁੱਖ ਹੈ ਇਸ ਗੱਲ ਦਾ ਕਿ ਜਿਨ੍ਹਾਂ ਨੂੰ ਲੋਕ ਵੀ ਮਤਲਬ ਨਹੀਂ ਮੰਨਦੇ ਉਹਨਾਂ ਨੂੰ ਧੱਕੇ ਨਾਲ ਤੁਸੀਂ ਥੋਪ ਦਿੰਦੇ ਜੀ। ਇਹ ਚੀਜ਼ਾਂ ਜਿਹੜੀਆਂ ਨੇ ਨਹੀਂ ਹੋਣੀਆਂ ਚਾਹੀਦੀਆਂ। ਪਰ ਚਲੋ ਖੈਰ, ਇਹ ਵੀ ਇੱਕ ਕਿਉਂਕਿ ਰਾਜ ਸਭਾ ਇੱਕ ਅਧਿਕਾਰ ਹੈ, ਉਹ ਬਣ ਸਕਦੇ ਨੇ। ਪਰ ਜੇ ਦੋ ਵਜ਼ੀਰ ਬਣੇ ਸੀ ਉਹਨਾਂ ਨੇ ਅੰਮ੍ਰਿਤਸਰ ਲਈ ਕੁਝ ਕੀਤਾ? ਪਹਿਲੀ ਗੱਲ ਤੇ ਹੈ ਵੀ ਇਹਨਾਂ ਦੀ ਇੱਕ ਗੱਲ ਲਿਖ ਲਓ, ਸਰਕਾਰ ਨਹੀਂ ਆਉਣੀ, ਨਰਿੰਦਰ ਮੋਦੀ ਪ੍ਰਧਾਨ ਮੰਤਰੀ ਨਹੀਂ ਆਊਗਾ ਦੇਸ਼ 'ਚ, ਇਹ ਲਿਖ ਕੇ ਲੈ ਲਓ। ਕਿੱਦਾਂ ਤੁਸੀਂ ਦਾਅਵੇ ਨਾਲ? ਮੈਂ ਦਾਅਵੇ ਨਾਲ ਕਹਿ ਰਿਹਾ ਤੁਹਾਨੂੰ, ਵੱਡਾ ਬਿਆਨ ਹੈ। ਤੁਸੀਂ ਕਿਹਾ ਮੈਂ ਲਿਖ ਕੇ? ਬਿਲਕੁਲ, ਮੈਂ ਕਹਿੰਦਾ ਤੁਹਾਨੂੰ ਕਹਿ ਰਿਹਾ ਸਰਕਾਰ ਨਹੀਂ ਆਉਣੀ, ਇੰਡੀਆ ਅਲਾਇੰਸ ਦੀ ਸਰਕਾਰ ਬਣਨੀ ਹੈ। ਤੁਸੀਂ ਸਾਊਥ 'ਚ ਪਤਾ ਕਰ ਲਓ, ਇਹਨਾਂ ਨੇ ਹੁਣ ਗਲਿਆ ਘੁੱਟਿਆ ਮੀਡੀਆ ਦਾ, ਕਿਸੇ ਨੂੰ ਗੱਲ ਨਹੀਂ ਕਰਨ ਦੇ ਰਹੇ। ਤੁਸੀਂ ਸੋਸ਼ਲ ਮੀਡੀਆ ਦੇਖ ਲਓ ਕੀ ਹਾਲਾਤ ਨੇ, ਗੁਜਰਾਤ ਤੋਂ ਲੈ ਕੇ ਸਾਊਥ ਤੋਂ ਲੈ ਕੇ ਈਸਟ ਵੈਸਟ ਨੌਰਥ, ਤੁਸੀਂ ਹਾਲਾਤ ਵੇਖ ਲਓ ਕੀ ਨੇ। ਜਿਹੜਾ ਬੰਦਾ ਕੋਨਸਟੀਟਿਊਸ਼ਨ ਨੂੰ ਤਬਾਹ ਕਰੂਗਾ, ਅੱਜ ਲੋਕ ਉਹਦੇ ਵਿਰੁੱਧ ਹੋਣਗੇ ਹੋਣਗੇ। ਚਾਹੇ ਪੰਜਾਬ ਸੀ, ਪੰਜਾਬ 'ਚ ਅਕਾਲੀ ਦਲ ਦਾ ਪਤਨ ਕਿਉਂ ਹੋਇਆ? ਕਿਉਂਕਿ ਉਹਨਾਂ ਕੋਨਸਟੀਟਿਊਸ਼ਨ ਨੂੰ ਖਤਮ ਕੀਤਾ, ਉਹਨਾਂ ਲੋਕਾਂ ਦੇ ਅਧਿਕਾਰ ਖੋਏ। ਜਿੱਥੇ ਮਰਜ਼ੀ ਪਰਚਾ ਕਰਾ ਦਿਓ, ਜਿਹਨੂੰ ਮਰਜ਼ੀ ਅੰਦਰ ਕਰ ਦਿਓ, ਜਿਹਨੂੰ ਮਰਜ਼ੀ ਬਾਹਰ ਡੱਕ ਦਿਓ, ਜਿੱਥੇ ਮਰਜ਼ੀ ਤੁਸੀਂ ਗੈਰ ਕਾਨੂੰਨੀ ਕੰਮ ਕਰੋ, ਤੁਹਾਨੂੰ ਪੁੱਛੂਗਾ ਕੋਈ ਨਾ। ਲੋਕਾਂ ਦੇ ਮਨ 'ਚ ਗੁੱਸਾ ਪੈ ਗਿਆ। ਉਹੀ ਹਾਲਾਤ ਸੇਮ ਇਸ ਵੇਲੇ ਦੇਸ਼ 'ਚ ਨਰਿੰਦਰ ਮੋਦੀ ਨੇ। ਪਹਿਲੀ ਵਾਰ ਅਕਾਲੀ ਦਲ ਵੱਖਰੇ ਤੌਰ 'ਤੇ ਲੋਕ ਸਭਾ ਚੋਣ ਲੜ ਰਿਹਾ, ਤੁਸੀਂ ਬੀਜੇਪੀ ਦੀ ਭਵਿੱਖਬਾਣੀ ਕਰਤੀ, ਅਕਾਲੀ ਦਲ ਦਾ ਕੀ ਭਵਿੱਖ ਲੱਗਦਾ? ਦੇਖੋ, ਇਹ ਦੋਵੇਂ ਆਪਸ 'ਚ ਇਕੱਠੇ ਨੇ, ਇਹੋ ਜਿਹੀ ਕੋਈ ਗੱਲ ਨਹੀਂ। ਉਹਨਾਂ ਨੂੰ ਪਤਾ, ਉਹਨਾਂ ਨੂੰ ਪਿੰਡਾਂ 'ਚ ਨਹੀਂ ਜਾਣ ਦੇਣਾ ਅਕਾਲੀ ਦਲ ਨੂੰ, ਜਿੱਦਾਂ ਹੁਣ ਬੀਜੇਪੀ ਪਿੰਡਾਂ 'ਚ ਨਹੀਂ ਜਾ ਰਹੀ, ਕਿਉਂਕਿ ਲੋਕਾਂ 'ਚ ਮੈਂ ਉਹ ਸਵਾਲ ਰਹਿ ਗਿਆ ਸੀ ਕਿ ਗੁਰਜੀਤ ਔਜਲਾ ਪਿੰਡਾਂ ਦੇ ਵਿੱਚ ਜਾ ਕੇ ਚੋਣ ਪ੍ਰਚਾਰ ਕਰ ਰਹੇ ਨੇ, ਕਿਉਂਕਿ ਬਾਕੀ ਪਾਰਟੀਆਂ ਦਾ ਵਿਰੋਧ ਵੀ ਹੋ ਰਿਹਾ। ਦੇਖੋ, ਅਸੀਂ ਤਾਂ ਪਿੰਡਾਂ ਜਾ ਰਹੇ ਹਾਂ, ਪਿੰਡਾਂ 'ਚ ਅਸੀਂ ਰਹੇ, ਪਿੰਡਾਂ 'ਚ ਜਿਨ੍ਹਾਂ ਦੀ ਲੜਾਈ ਹੈ ਉਹਨਾਂ ਦੀ ਇੱਕ ਸਾਲ ਬਹਿ ਕੇ ਉੱਥੇ ਧਰਨਾ ਲਗਾਤਾਰ ਲਾ ਕੇ ਰੱਖਿਆ, ਅੱਜ ਵੀ ਉਹਨੂੰ ਧਰਨੇ ਨੂੰ ਸਪੋਰਟ ਕਰਦੇ ਹਾਂ। ਕਿਉਂਕਿ ਜਿੰਨਾ ਚਿਰ ਕਿਸਾਨ ਮਜ਼ਦੂਰ ਨਹੀਂ ਬਚੂਗਾ, ਉਹਨਾਂ ਚਿਰ ਦੇਸ਼ ਦਾ ਪਹੀਆ ਨਹੀਂ ਰਿੜ ਸਕਦਾ, ਲੋਕਾਂ ਨੂੰ ਰਾਸ਼ਨ ਪਾਣੀ ਨਹੀਂ ਮਿਲ ਸਕਦਾ, ਜਿੰਨਾ ਚਿਰ ਉਹਨੂੰ ਅਸੀਂ ਸੌਖਿਆ ਨਹੀਂ ਕਰਦੇ, ਜਿੰਨਾ ਚਿਰ MSME ਵਰਗੇ ਜਿਹੜੇ ਘਾਤਕ ਕਾਨੂੰਨ ਜਿਹੜੇ MSME 'ਤੇ ਲਾਤੇ ਨੇ, ਜਿਨ੍ਹਾਂ 'ਚ 45 ਦਿਨ ਬਾਅਦ ਪੇਮੈਂਟ ਨਾ ਕਰੋ ਅਤੇ ਤੁਹਾਨੂੰ ਉਹਨਾਂ ਨੇ 30% ਟੈਕਸ ਲੈ ਜਾਣਾ ਆ। ਅੱਜ ਉਹਨਾਂ ਨੇ ਛੋਟਾ ਵਪਾਰੀ ਮਾਰ ਕੇ ਰੱਖਤਾ। ਮਹਿੰਗਾਈ ਇੰਨੀ ਹੋ ਗਈ ਆ, ਕਿਸੇ ਨੂੰ ਪੁੱਛੋ 1000-2000 ਰੁਪਈਆ ਕਮਾਉਣ ਵਾਲੇ ਨੂੰ ਕਿਤੇ ਗੁਜ਼ਾਰਾ ਹੁੰਦਾ? ਅੱਜ ਬੱਚੇ ਪੜ੍ਹਾਉਣੇ ਔਖੇ, ਹਰ ਚੀਜ਼ ਔਖੀ ਕਰ ਦਿੱਤੀ ਆ। ਅੱਜ ਉਹ ਦੇਸ਼ ਸਾਰੇ ਨੇ ਗੁੱਸਾ ਕੱਢਣਾ ਆ, ਕਿਉਂਕਿ ਇਹਨਾਂ ਨੇ ਸਾਰਾ ਜਿਹੜਾ ਵੱਡੇ 5-7 ਘਰਾਂ ਨੂੰ ਲੈ ਕੇ ਉਹ ਸਾਰਾ ਹੀ ਦੇਸ਼ ਜਿਹੜਾ ਉਹਨਾਂ ਨੂੰ ਗਹਿਣੇ ਰੱਖ ਦਿੱਤਾ ਹੈ। ਤਾਂ ਬੜਾ ਜ਼ਰੂਰੀ ਸਵਾਲ, ਤੁਸੀਂ ਕਿਹਾ ਕਿ ਬੀਜੇਪੀ ਦੀ ਸਰਕਾਰ ਨਹੀਂ ਆਉਣੀ, ਕਿਸਾਨ ਅੰਦੋਲਨ ਵੇਲੇ ਤੁਸੀਂ ਲੜਾਈ ਵੀ ਲੜੀ, ਪਰ ਤੁਹਾਡੇ ਸਾਥੀ ਰਹੇ ਰਵਨੀਤ ਬਿੱਟੂ, ਉਹ ਇਸ ਵੇਲੇ ਬੀਜੇਪੀ ਦਾ ਹਿੱਸਾ ਨੇ, ਹਾਲਾਂਕਿ ਤੁਹਾਡੇ ਨਾਲ ਉਹ ਕਹਿੰਦੇ ਸੀ ਕਿ ਕਿਸਾਨਾਂ ਦੇ ਖਿਲਾਫ ਹੈ ਸਰਕਾਰ, ਉਸ ਚੀਜ਼ ਤੋਂ ਬਾਅਦ ਮਨ ਨੂੰ ਕੋਈ ਢਾਹ ਲੱਗੀ ਜਾਂ ਕੋਈ ਦੁੱਖ ਹੈ ਕਿ ਤੁਹਾਡਾ ਸਾਥੀ ਬੀਜੇਪੀ ਦੇ ਚਲਾ? ਬਿਲਕੁਲ, ਸਾਨੂੰ ਦੁੱਖ ਹੈ ਇਸ ਗੱਲ ਦਾ, ਸਾਡਾ ਸਾਥੀ ਬੀਜੇਪੀ 'ਚ ਨਹੀਂ ਜਾਣਾ ਚਾਹੀਦਾ। ਉਹਨੇ ਗਲਤੀ ਸੀ ਜਾਂ ਉਹਨਾਂ ਦਾ? ਉਹ ਗਲਤ ਹੈ, ਉਹਨੇ ਬਿਲਕੁਲ ਗਲਤ ਫੈਸਲਾ ਲਿਆ, ਇਹ ਫੈਸਲਾ ਨਹੀਂ ਸੀ ਲੈਣਾ ਚਾਹੀਦਾ, ਉਹਦਾ ਵਿਅਕਤੀਗਤ ਫੈਸਲਾ ਆ। ਇਹ ਉਹੀ ਜ਼ਿਆਦਾ ਇਸ ਬਾਰੇ ਦੱਸ ਸਕਦਾ, ਕਿਉਂਕਿ ਬੜੇ ਵੱਡੇ ਬਿਆਨ ਦਿੱਤੇ ਉਹਨਾਂ ਨੇ ਜਦੋਂ ਅਸੀਂ ਕਿਸਾਨੀ ਸੰਘਰਸ਼ ਕਰਦੇ ਇਕੱਠੇ ਹੀ ਸਾਂ। ਸੋ ਇਹ ਉਹਨਾਂ ਦੀ ਗਲਤੀ ਹੈ, ਉਹਨਾਂ ਨੂੰ ਕਾਂਗਰਸ ਪਾਰਟੀ 'ਚ ਹੀ ਰਹਿਣਾ ਚਾਹੀਦਾ ਸੀ। ਕਾਂਗਰਸ ਪਾਰਟੀ ਦੇ ਵਰਕਰ ਵੀ ਇਹ ਮਹਿਸੂਸ ਕਰਦੇ ਕਿ ਉਹਨਾਂ ਨੂੰ ਇਹ ਕੰਮ ਨਹੀਂ ਸੀ ਕਰਨਾ ਚਾਹੀਦਾ। ਆਖਰੀ ਸਵਾਲ, ਇਹ ਜਿਹੜੇ ਮੌਕੇ 'ਤੇ ਦਲ ਬਦਲੂਆਂ ਦੀ ਇੱਕ ਬਹੁਤ ਲੰਬੀ ਲਿਸਟ ਹੈ, ਮੈਂ ਨਾਮ ਲਊਂਗਾ ਤਾਂ ਸ਼ਾਇਦ ਬਹੁਤ ਟਾਈਮ ਲੱਗ ਜੂਗਾ, ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਜਿਹੜੀ ਪਾਰਟੀ ਨੇ ਤੁਹਾਨੂੰ ਮੌਕੇ ਦਿੱਤੇ ਉਹਨੂੰ ਛੱਡ ਕੇ ਇੱਕਦਮ ਮੌਕਾ ਪ੍ਰਸਤੀ ਵਾਲਾ ਜਿਹੜਾ? ਇਸ ਦਲ ਬਦਲੂਆਂ ਦੇ ਨਾਲ ਰਾਜਨੀਤਿਕ ਬੰਦਿਆਂ ਦੇ ਉੱਤੇ ਕੁਐਸਚਨ ਮਾਰਕ ਲੱਗਾ ਹੈ। ਲੋਕ ਰਾਜਨੀਤਿਕ ਬੰਦੇ ਨੂੰ ਜਿਹੜਾ ਚੰਗਾ ਕੰਮ ਵੀ ਕਰਦਾ, ਜਿਹੜਾ ਪਾਰਟੀ ਨਾਲ ਵੀ ਖੜਦਾ, ਉਹਦੇ ਪ੍ਰਤੀ ਵੀ ਲੋਕਾਂ ਦਾ ਸੰਦੇਹ ਪੈਦਾ ਹੋ ਜਾਂਦਾ ਹੈ। ਸੋ ਅਜਿਹੇ ਲੋਕਾਂ ਤੋਂ ਹਰ ਇੱਕ ਨੂੰ ਸੁਚੇਤ ਰਹਿਣਾ ਚਾਹੀਦਾ।